ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ। ਜਿਹੜੇ ਜਿਹੜੇ ਸੱਜਣ ਆਪਣੇ ਨਾਲ ਇੰਸਟਾਗ੍ਰਾਮ ਤੇ ਜੁੜੇ ਆ ਤੇ ਲਾਓ ਵੀ ਸੱਜਣੋ, ਇਹ ਵਾਲੀ ਨਾ ਇੱਕ ਅੱਡ ਜੀ ਦੀ ਬਰੀਡ ਬਾਈ ਰੱਖੀ ਬੈਠਾ ਹੈ ਤੇ ਕਰਦੇ ਆਪਾਂ ਬਾਈ ਨਾਲ ਗੱਲ। ਸਤਿ ਸ਼੍ਰੀ ਅਕਾਲ ਬਾਈ। ਬਾਈ ਕਿਹੜਾ ਪਿੰਡ ਹੈ? ਪਿੰਡ ਭਾਗੂ। ਪਿੰਡ ਭਾਗੂ ਜ਼ਿਲ੍ਹਾ ਬਠਿੰਡਾ। ਬਾਈ ਇਹ ਕਿਹੜੀ ਨਸਲ ਹੈ? ਇਹ ਅਫਰੀਕਨ ਬੋਰ ਹੈ ਜੀ। ਅਫਰੀਕਨ ਬੋਰ, ਇਹ ਬਰਬਰੀ ਬੀਟਲ ਤੇ ਕ੍ਰੋਸ ਬੀਟਲ ਬਾਈ ਸਾਰੀ ਰੱਖੀ ਬੈਠੇ ਆ। ਇਹ ਵਾਲੀ ਨਸਲ ਬਹੁਤ ਘੱਟ ਬੰਦੇ ਰੱਖਦੇ ਆ ਬਾਈ, ਕੀ ਖਾਸੀਅਤ ਹੈ ਇਹਦੇ 'ਚ? ਇਹ ਖਾਸੀਅਤ ਦੂਜੀ ਨਾਲ ਬੱਕਰੀ ਨਾਲ ਬਹੁਤ ਵਧੀਆ ਵੇਟ ਗੇਨ ਵੱਧ ਕਰਦੀ ਹੈ। ਵੇਟ ਗੇਨ ਇੱਕ ਤਾਂ ਵੱਧ ਕਰਦੀ ਹੈ, ਦੂਸਰਾ ਦੂਜਾ ਇਹ ਦੂਜੇ ਨਾਲ ਮਿਆਂਕਦੀ ਨਹੀਂ, ਜਮਾ ਮੁਸ਼ਕ ਬਹੁਤ ਘੱਟ ਮਾਰਦਾ। ਅੱਛਾ, ਮੁਸ਼ਕ ਬਹੁਤ ਘੱਟ ਮਾਰਦਾ, ਠੀਕ ਹੈ ਬਾਈ। ਹੁਣ ਟੋਟਲ ਕਿੰਨੇ ਜਾਨਵਰ ਸੇਲ ਹੈ? 8 ਆਈ ਨਾਗ ਟੋਟਲ ਆਪਣੇ ਕੋਲ। 8 ਨਾਗ ਹੈ? ਹਾਂਜੀ, ਠੀਕ ਹੈ। ਤੇ ਵਿੱਚ ਹਾਂਜੀ ਹਾਂਜੀ ਤੇ 4 ਸੂਈਆਂ ਪਈਆਂ। ਹਾਂ, ਪਤਾ ਤੇ 3 ਗੱਬਣਾ ਜੀ। 3 ਗੱਬਣਾ? ਹਾਂ। ਤੇ ਬਾਈ ਇੱਕ ਵਾਰੀ ਕੰਟੈਕਟ ਨੰਬਰ ਜ਼ਰੂਰ ਦੱਸਿਆ ਆਪਦਾ। 9463-0173। ਦੁਬਾਰੇ ਫੇਰ ਦੱਸੀ, 9463-0173। ਲੈ ਵੀ ਸੱਜਣੋ, ਵੀਰ ਕਹਿੰਦਾ ਵੀ ਜੇ ਕਿਸੇ ਨੇ ਬੱਚਾ ਲੈਣਾ ਮੇਲ ਜਾਂ ਫੀਮੇਲ ਉਹ ਵੀ ਮਿਲ ਜੂ, ਸੂਈ ਹੋਈ ਬੱਕਰੀ ਦੇ ਬੱਚਾ ਲੈਣਾ ਉਹ ਵੀ ਮਿਲ ਜੂ, ਜੇ ਇਕੱਲੀ ਗੱਬਣ ਲੈਣੀ ਹੈਗੀ ਉਹ ਵੀ ਮਿਲ ਜੂ। ਤੇ ਆਹ ਦੇਖੋ ਵੀ ਕਾਹ ਵੀ ਬਾਈ ਕੋਲ ਸੇਲ ਹੈ, ਤੇ ਆਹ ਹੈਗਾ ਬਾਈ ਦਾ ਬਰੀਡਰ। ਇਹਦੀ ਬਾਈ ਕਿੰਨੀ ਉਮਰ ਹੋ ਗਈ ਹੁਣ? ਨਵੀਂ ਉਮਰ ਹੀ ਹੈ। ਕਿੰਨਾ ਵੇਟ ਹੋਊਗਾ ਇਹਦਾ ਹੁਣ? 80-90 ਦੇ ਵਿੱਚ। 80-90 ਦੇ ਵਿੱਚ ਇਹਦਾ ਵੇਟ ਹੋਊਗਾ। ਤੇ ਆਹ ਵਾਲੀ ਬਾਈ ਜੇ ਕਿਸੇ ਨੇ ਗੱਬਣ ਲੈਣੀ ਹੈ, ਗੱਬਣ ਮਿਲ ਜੂ ਵੀ ਦੇ ਦੇਣਾ ਬਾਈ ਜੀ। ਆਹ ਕਿੰਨੇ ਚਿਰ ਦੀ ਹੈ? ਇਹ ਹੈਗੀ 12-13 ਮਹੀਨਿਆਂ ਦੀ ਹੈਗੀ। ਅੱਛਾ, ਉਮਰ ਇਹਦੀ 12-13 ਮਹੀਨੇ ਆ। ਗੱਬਣ ਕਿੰਨੇ ਚਿਰ ਦੀ ਹੈ? ਗੱਬਣ ਹੈਗੀ ਬਸ ਮੂਦੇ ਕੁਛ ਦਿਨ ਨੇੜੀ ਹੈ। ਅੱਛਾ ਅੱਛਾ, 5-7 ਦਿਨ ਹੀ ਰਹਿੰਦੇ ਜੀ ਇਹ। ਠੀਕ ਹੈ ਠੀਕ ਹੈ। ਤੇ ਉਹ ਬਾਈ ਇਹਦੇ 20-25 ਦਿਨ ਰਹਿੰਦੇ ਜੀ। ਅੱਛਾ, ਇਹਦੇ ਸੂਣ ਦੇ 20-25 ਬਾਈ। ਇਹ ਦੁੱਧ ਦੁੱਧ ਕਿਵੇਂ ਦੇ ਦਿੰਦੀਆਂ ਬੱਚੇ ਰਜਾਉਣ ਜੋਗਾ? 2-2.5 ਲੀਟਰ ਦੁੱਧ ਦੇ ਦਿੰਦੇ ਆ ਬੱਚੇ ਨੂੰ ਰਜਾ ਕੇ, 1.5 ਲੀਟਰ ਹੁਣ ਨਿਕਲ ਜਾਂਦੇ ਜੀ। ਅੱਛਾ, ਤੇ ਜਿਹੜੇ ਬੱਚੇ ਫਿਰਦੇ ਇਹ ਕਿੰਨੇ ਕਿੰਨੇ ਚਿਰ ਦੇ ਆ? ਇਹ 2-2 ਦਿਨਾਂ ਦੇ ਬੱਚੇ ਜੀ। 2-2 ਦਿਨਾਂ ਦੇ ਬੱਚੇ ਆ। ਲੈ ਵੀ ਸੱਜਣੋ, ਜੇ ਕਿਸੇ ਵੀਰ ਨੇ ਇਹ ਵਾਲੀ ਨਸਲ ਲੈਣੀ ਹੋਵੇ, ਅਫਰੀਕਨ ਬੋਰ ਹੀ ਦੱਸਿਆ ਸੀ ਨਾ ਬਾਈ? ਅਫਰੀਕਨ ਬੋਰ, ਮੇਲ ਫੀਮੇਲ ਬੱਚੇ ਵੱਡੇ ਸੂਈਆਂ ਗੱਬਣਾ ਸਾਰੀਆਂ ਹੀ ਬਾਈ ਕੋਲ ਸੇਲ ਹੈਗੀਆਂ। ਤੇ ਜੇ ਕਿਸੇ ਸੱਜਣ ਨੇ ਲੈਣੇ ਆ, ਨੰਬਰ ਸਕਰੀਨ ਤੇ ਚੱਲ ਰਿਹਾ, ਤੇ ਸੰਪਰਕ ਜ਼ਰੂਰ ਕਰਿਓ। ਜਿਹੜੇ ਜਿਹੜੇ ਵੀਰ ਨਵੇਂ ਜੁੜੇ ਆਪਣੇ ਨਾਲ ਇੰਸਟਾਗ੍ਰਾਮ ਪੇਜ ਤੇ, ਉਹ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ ਸੱਜਣੋ, ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਤੇ ਫਾਰਮ 'ਚ ਐਂਟਰ ਹੋਣ ਤੋਂ ਪਹਿਲਾਂ ਬਾਈ ਨੂੰ ਮੈਂ ਪੁੱਛਿਆ, ਮੈਂ ਕਿਹਾ ਬਾਈ ਕੰਮ ਕੀ ਕਰਦਾ? ਬਾਈ ਕਹਿੰਦਾ ਵੀ ਮੈਂ ਕਰਦਾ ਖੇਤੀ ਅਤੇ ਕਿਰਾਏ ਵਾਲੇ ਸੰਦੇ ਬੰਦੇ। ਕਹਿੰਦਾ ਆਹ ਦੇਖ ਲਓ ਵੀ ਸਾਰੇ ਰੱਬ ਦੀ ਕਿਰਪਾ ਨਾਲ ਆਪਣੇ ਕੋਲ ਖੜੇ ਆ। ਅਤੇ ਉਹ ਬਾਈ ਨੇ ਰੱਖੀ ਹੈ ਜਰਮਨ। ਤੁਹਾਨੂੰ ਸੈਟਅਪ ਦਿਖਾਉਣਾ ਇੱਕ ਮੈਂ ਛੋਟਾ ਜਿਹਾ। ਆਹ ਦੇਖੋ, ਇੱਥੋਂ ਸਿੰਪਲ ਕੌਲੇ 'ਚ ਲਾ ਕੇ ਬਾਈ ਨੇ ਲਾਤੀ ਤਾਰ, ਅਤੇ ਇੱਧਰ ਛੋਟੀ ਜਿਹੀ ਬਣਾਈ ਹੈ ਖੁਰਨੀ, ਅਤੇ ਉੱਤੇ ਆਹ ਵਾਲਾ ਸੈਟਅਪ ਕਰਿਆ। ਵਿਚਾਲੇ ਰੱਖਿਆ ਲਾਂਘਾ ਵੀ ਨੀਰਾ ਪਾਓ ਅਤੇ ਬਾਹਰ ਜਾਓ ਬਿਨਾਂ ਲੀੜੇ ਗੰਦੇ ਕਰੇ। ਬਹੁਤ ਸੋਹਣਾ ਸੈਟਅਪ ਬਣਾਇਆ। ਇੱਧਰ ਬਾਈ ਨੇ ਜਰਮਨ ਰੱਖੀ ਹੈਗੀ। ਫੀਮੇਲ ਕਹਿੰਦਾ ਵੀ ਹੁਣ ਛੱਡੀ ਹੈ, ਬਾਅਦ 'ਚ ਇੱਥੇ ਬੱਚੇ ਬੁੱਚੇ ਵੀ ਛੱਡ ਦਿੰਦੇ ਹਾਂ, ਨਾਲ ਹੀ ਨੀਰੇ ਵਾਲਾ ਸੈਟਅਪ ਸਾਰਾ। ਬਹੁਤ ਘੈਂਟ ਫਾਰਮ ਦੀ ਲੁੱਕ ਹੈ ਨਿੱਕੇ ਜੇ ਦੀ। ਜੇ ਕਿਸੇ ਨੇ ਕਾਪੀ ਕਰਨੀ ਹੈ ਤਾਂ ਇਹ ਵੀ ਜ਼ਰੂਰ ਕਰ ਲਿਓ। ਬੱਚਿਆਂ ਵਾਸਤੇ ਉਹ ਵਾਲਾ ਪਿੰਜਰਾ, ਪੀਣ ਨੂੰ ਪਾਣੀ, ਪੂਰੀ ਐਡਜਸਟਮੈਂਟ ਕਰੀ ਹੋਈ ਹੈ। ਮੈਨੂੰ ਇਹਦੇ ਫਾਰਮ ਦੀ ਜਿਹੜੀ ਬਣਤਰ ਹੈ ਉਹ ਸੋਹਣੀ ਲੱਗੀ ਇੱਕ ਛੋਟੇ ਜੇ ਦੀ। ਬਾਕੀ ਧੰਨਵਾਦ ਸੱਜਣੋ, ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆ ਇੰਸਟਾਗ੍ਰਾਮ ਪੇਜ 'ਤੇ, ਉਹ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ।